ਫੁੱਗੀ ਤੇਰੀ ਚਾਬੀ ਤੈਨੂੰ ਅਭੀ ਤੇਰੀ ਕਟਾਈ ਬਹੁਤ ਹੋ ਗਈ ਚਾਬੀ ਪੈ ਜਾਂਦਾ। ਹੈਲੋ ਜੀ, ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ ਤੁਹਾਡਾ ਬੰਨ ਫੈਮਿਲੀ ਵਲੌਗਸ ਵਿੱਚ। ਹੋਰ ਸੁਣਾਓ ਜੀ ਸਾਰੇ ਕਿਵੇਂ? ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਹੋਵੋਗੇ, ਆਪਣੇ ਆਪਣੇ ਘਰਾਂ ਵਿੱਚ ਤੰਦਰੁਸਤ ਹੋਵੋਗੇ, ਰਾਜ਼ੀ ਖੁਸ਼ੀ ਹੋਵੋਗੇ। ਹਾਂਜੀ, ਅੱਜ ਦਿਨ ਹੈਗਾ ਜੀ ਬੁੱਧਵਾਰ ਦਾ ਅਤੇ ਸ਼ਾਮ ਦਾ ਟਾਈਮ ਆ, 7:30 ਹੋ ਗਿਆ, ਅਸੀਂ ਚੱਲਿਆ ਖਾਂਦੇ ਨੂੰ। ਉਹ ਦੇਖੋ ਸਹਿਜ ਉਹ ਤਾਂ ਭੱਜਦੀ ਆ ਕਿਉਂਕਿ ਚੱਕ ਕੇ ਇੱਕੋ ਫਰਾਕ ਪਾ ਲੈਂਦੀ ਆ। ਮੈਂ ਕਿਹਾ ਫਿਰ ਕਿਉਂ ਕਿਹਾ, ਮੈਂ ਵੀ ਤਾਂ ਪਹਿਲਾਂ ਆਹੀ ਸੂਟ ਪਾ ਗਈ ਸੀ, ਦੁਬਾਰੇ ਫਿਰ ਉਹੀ ਪਾ ਕੇ ਚੱਲੀ ਹਾਂ। ਅਤੇ ਇੱਧਰ ਮਿਲੋ ਵੀ ਜੋਤ ਨੂੰ। ਹੈਲੋ ਗਾਇਸ, ਚਾਬੀ ਚਾਬੀ ਨਹੀਂ ਸੀ ਇਸ ਵਿੱਚ, ਤੇ ਉਹ ਤਾਂ ਬਾਅਦ ਚ ਪਤਾ ਲੱਗੂ ਤੈਨੂੰ, ਫਿਰ ਡੰਡਾ ਫਿਰ ਕੋਈ ਜਾਣਾ। ਦੇਖ ਲਓ ਚਾਬੀ ਨਹੀਂ ਹੈਗੀ ਇੱਧਰ ਜੇ ਪਾਤੀ, ਦੇਖ ਲਓ ਆਪਣੇ ਮੁੰਡੇ ਵੱਲੋਂ ਯਕੀਨ ਸਾਰ ਕਿਸੇ ਰੱਖਦੀ ਹੋਊਗੀ। ਚਾਹ ਤੂੰ ਰੱਖ ਲਈ ਵੀ ਨਾ, ਅੰਦਰ ਵੀ ਨਹੀਂ। ਫਿਰ ਤੂੰ ਕਿਉਂ ਕਿਹਾ ਵੀ ਮੈਂ ਹੈਗੀ ਆ? ਦਿਖਾਉਂਗੇ ਜਦ ਚੱਕ ਕੇ, ਸੌਖਾ ਜਿਹਾ ਕੰਮ ਕਰਦੀ ਆ, ਫਟਾਫਟ ਚੱਕਦੀ ਆਪਣੀ ਫਰੋਕ ਪਾ ਲੈਂਦੀ ਆ। ਅੱਜ ਪਤਾ ਨੀ ਭਾਈ ਸਾਡੇ ਘਰ ਨੂੰ ਨਜ਼ਰ ਲੱਗ ਚੁੱਕੀ ਆ ਕਿਸੇ ਦੀ, ਰੱਬ ਜਾਣਦਾ ਵੀ ਸਾਨੂੰ ਨਜ਼ਰ ਲੱਗੀ ਹੋਈ ਆ। ਮੈਂ ਸਵੇਰੇ ਮੈਂ ਉੱਠੀ, ਸਾਰਾ ਕੁਛ ਕਰਤਾ ਹੈ ਨਾ, ਪਰਾਂਠੇ ਬਣਾਉਣੇ ਸੀ ਬੱਚਿਆਂ ਲਈ, ਸਾਰਾ ਚਾਹ ਚੂਹ ਬਣਾ ਤਾ, ਸਾਰਾ ਰੈਡੀ ਕਰ ਲਿਆ, ਦੋਨੋਂ ਬੱਚੇ ਮੇਰੇ ਬਿਮਾਰ, ਜਿੱਦਣ ਦੇ ਆਹ ਸੀਜ਼ਨ ਦੇ ਵਿੱਚ ਨਵੇਂ ਦਿਨ ਸਕੂਲ ਲੱਗੇ ਆ। ਮੈਂ ਕਹਿੰਦੀ ਹਾਂ ਅੱਜ ਤੱਕ ਇਹ ਜਿੰਨਾ ਚਿਰ ਹੋ ਗਿਆ ਉਹਨਾਂ ਨੂੰ ਪੜ੍ਹਦਿਆਂ ਨੂੰ, ਮੈਂ ਕਦੇ ਛੁੱਟੀਆਂ ਨਹੀਂ ਸੀ ਕਰਾਈਆਂ। ਸਾਲ ਦੀ ਇਹਨਾਂ ਦੀ ਇੱਕ ਜਾਂ ਦੋ ਛੁੱਟੀਆਂ ਹੁੰਦੀਆਂ ਸੀਗੀਆਂ। ਮਜਬੂਰੀ ਵੀ ਮੈਂ ਇੱਕ ਜਾਂ ਦੋ ਛੁੱਟੀਆਂ ਇਹਨਾਂ ਦੀਆਂ ਕਦੇ ਹੀ ਹੁੰਦਾ ਸੀਗਾ, ਤਾਂ ਇਹਨਾਂ ਨੂੰ ਕਰਵਾ ਤੇ। ਪਰ ਹੁਣ ਨਾ ਜਿੱਦਣ ਦੇ ਆਹ ਸੀਜ਼ਨ ਦੇ ਨਵੇਂ ਸੀਜ਼ਨ ਦੇ ਸਕੂਲ ਚ ਲਾਏ ਆ, ਪਤਾ ਨੀ ਕਿਹਦੀ ਨਜ਼ਰ ਲੱਗ ਗਈ, ਪਤਾ ਨੀ ਕੀ ਗੱਲ ਹੋ ਗਈ, ਮੇਰੇ ਬੱਚਿਆਂ ਦੀਆਂ ਛੁੱਟੀਆਂ ਹੋਈ ਜਾਂਦੀਆਂ, ਇੱਕ ਦਿਨ ਸਕੂਲ ਜਾਂਦੇ ਆ, ਪਹਿਲਾਂ ਮੈਂ ਬਿਮਾਰ ਹੋ ਗਈ, ਇਹਨੂੰ ਬੁਖਾਰ, ਪਹਿਲਾਂ ਸਹਿਜ ਨੂੰ ਸਵੇਰੇ ਚੜ੍ਹ, ਪਹਿਲਾਂ ਅਸੀਂ ਨੂੰ ਚੜ੍ਹਿਆ ਕੱਲ੍ਹ ਦਾ, ਫਿਰ ਸਵੇਰੇ ਬੁਖਾਰ, ਫਿਰ ਸਹਿਜ ਨੂੰ ਚੜ੍ਹ ਗਿਆ ਹੈ ਨਾ ਸਕੂਲ। ਫਿਰ ਮੈਂ ਭੇਜੇ ਨਹੀਂ, ਮੈਂ ਕਿਹਾ ਵੀ ਲੈ ਕੇ ਕੌਣ ਆਊਗਾ ਸਕੂਲ 'ਚੋਂ ਜੇ ਉਹਨਾਂ ਨੇ ਫੋਨ ਕਰਤਾ ਹੈ ਨਾ। ਅਤੇ ਫਿਰ ਉਸ ਤੋਂ ਬਾਅਦ ਦੇਖ ਲਓ ਵੀ ਮੈਨੂੰ ਵੀ ਇੰਨਾ ਆਲਸ ਆਉਂਦਾ ਹੈ ਬੱਚਿਆਂ ਨੂੰ ਸਕੂਲ ਭੇਜਣ 'ਚ, ਮੇਰਾ ਦਿਲ ਨਹੀਂ ਕਰਦਾ ਵੀ ਮੈਂ ਇਹਨਾਂ ਨੂੰ ਸਕੂਲ ਭੇਜਾਂ, ਪਤਾ ਨਹੀਂ ਕੀ ਗੱਲ ਹੋਊਗੀ। ਚਲੋ ਜੀ, ਤੁਹਾਨੂੰ ਹੁਣ ਮੈਂ ਗੱਡੀ 'ਚ ਬੈਠ ਕੇ ਮਿਲਦੀ ਹਾਂ, ਸ਼ਾਇਦ ਆਪਾਂ ਆ ਗਏ। ਅਭੀ ਤੂੰ ਫਿਰ ਲੌਕ ਖੋਲਿਆ, ਲਾ ਤਾ, ਚਲ ਆਪ, ਤੂੰ ਨਾ ਪਰੇਸ਼ਾਨ ਕਰਿਆ ਕਰ। ਹਾਂਜੀ ਫਰੈਂਡਸ, ਅਸੀਂ ਆ ਗਏ ਜੀ ਖੰਨੇ। ਖੰਨੇ ਅਸੀਂ ਦਵਾਈ ਲੈ ਲਈ ਅਭਿਜੋਤ ਨੂੰ। ਮੈਂ ਅਭਿਜੋਤ ਅਭਿਜੋਤ ਨਾ ਬਿਮਾਰ, ਸਹਿਜ ਵੀ ਬਿਮਾਰ, ਹਾਂ ਦੋਨੋਂ। ਉਹ ਤੈਨੂੰ ਵੀ ਆ ਬੁਖਾਰ ਦੀ, ਉਹ ਬੋਡੀ ਦਰਦ ਦੀ ਹੁੰਦੀ ਆ। ਅਭਿਜੋਤ ਨੂੰ ਖਾਂਸੀ ਵਗੈਰਾ ਜ਼ੁਕਾਮ ਹੈ ਨਾ, ਇਹਨੂੰ ਉਹ ਲਿਆਂਦੀ ਆ। ਤੇ ਬਾਕੀ ਜੀ ਮੈਂ ਸੂਟ ਲੈਣੇ ਸੀਗੇ, ਤੁਹਾਨੂੰ ਪਤਾ ਹੀ ਆ ਹੈ ਨਾ ਕਿੰਨੇ ਟਾਈਮ ਤੋਂ ਮੈਂ ਲੈਣ ਨੂੰ ਫਿਰਦੀ ਸੀਗੀ। ਬਸ ਤੁਹਾਨੂੰ ਪਤਾ ਵੀ ਹੋਰੇ ਪਾਸੇ ਆਈ ਚਲਾਈ ਜੀ ਲੰਘ ਜਾਂਦੀ ਹੁੰਦੀ ਸੀਗੀ, ਵੀ
ਪਹਿਲਾਂ ਮੈਂ ਇੱਕ ਲੈ ਕੇ ਮੁੜ ਗਈ ਸੀਗੀ, ਉਹ ਮਸਲੀਨ ਕਾਟਨ ਦਾ ਗੰਦਾ ਜਿਹਾ, ਮੈਨੂੰ ਮਸਲੀਨ ਕਾਟਨ ਬਿਲਕੁਲ ਪਸੰਦ ਨਹੀਂ ਹੈਗੀ, ਪਿਓਰ ਕਾਟਨ ਪਸੰਦ ਆ ਮੈਨੂੰ। ਅਤੇ ਮੇਰੇ ਘਰ ਪਾਉਣੇ ਵਾਲੇ ਸੂਟ ਵੀ ਜਮ੍ਹਾਂ ਹੀ ਪਾਟ ਗਏ ਸੀਗੇ। ਬਾਕੀ ਹੁਣ ਮੌਲ 'ਚ ਵੀ ਗਈ ਸੀਗੀ, ਉੱਥੇ ਤੋਂ ਫਿਰ ਮੈਂ ਉਹ ਇੱਕ ਪਜਾਮਾ ਜਿਹਾ ਲਿਆ, ਇਹ ਦੋ ਨਾ ਦੋ ਪਜਾਮੇ ਲਏ, ਇੱਕ ਟੀ ਸ਼ਰਟ ਲਈ ਆ। ਟੀ ਸ਼ਰਟਾਂ ਹੈ ਨਹੀਂ ਸੀਗੀਆਂ ਜ਼ਿਆਦਾ, ਸ਼ੋਰਟ ਵਿੱਚ ਸੀਗੀਆਂ, ਉਹ ਮੈਨੂੰ ਹਲੇ ਮਿਲੀਆਂ ਨਹੀਂ ਹੈਗੀਆਂ। ਮੈਂ ਥੋੜ੍ਹੀ ਜਿਹੀ ਲੌਂਗ 'ਚ ਦੇਖਦੀ ਸੀਗੀ, ਜ਼ਿਆਦਾ ਲੌਂਗ 'ਚ ਨਹੀਂ ਮਤਲਬ ਕਿ ਠੀਕ ਠੀਕ ਜੀ, ਅਤੇ ਹਲੇ ਮਿਲੀਆਂ ਨਹੀਂ ਸੀਗੀਆਂ। ਅਤੇ ਫਿਰ ਮੈਂ ਦੋ ਪਜਾਮੇ ਅਤੇ ਇੱਕ ਟੀ ਸ਼ਰਟ ਲੈ ਕੇ ਆ ਗਈ। ਅਤੇ ਬਾਕੀ ਹੁਣ ਜਾਵਾਂਗੇ ਅਸੀਂ ਘਰ, ਬੱਚਿਆਂ ਨੇ ਸਵੇਰੇ ਸਕੂਲ ਜਾਣਾ, ਪਰਮਾਤਮਾ ਦਿਨ ਵਧੀਆ ਚੜ੍ਹਾਵੇ। ਬਸ ਹੁਣ ਤਾਂ ਇਹੀ ਅਰਦਾਸ ਕਰਦੀ ਹਾਂ ਵਾਹਿਗੁਰੂ ਜੀ, ਹੁਣ ਮੇਰੇ ਬੱਚਿਆਂ ਦੀ ਬਹੁਤ ਛੁੱਟੀਆਂ ਹੋ ਗਈਆਂ, ਬਸ ਇੰਨੀ ਕੁ ਹਿੰਮਤ ਦਿਓ, ਕਿਉਂਕਿ ਦੇਖੋ ਜੀ ਨਾ ਤਾਂ ਮੈਂ ਵਹਿਮ ਭਰਮਾਂ 'ਚ ਪੈਂਦੀ ਹਾਂ, ਹੈ ਨਾ ਵੀ ਜਿਹੜੇ ਮੈਂ ਟੂਣੇ ਮਾਣੇ ਜੇ ਕਰ ਕਰਕੇ ਆਪਣਾ ਅੱਧੇ ਧੀਵੇਂ ਤਾਂ ਜਦੇ ਬਾਬਿਆਂ ਦੇ ਫਿਰਨ ਲੱਗ ਜਾਂਦੀਆਂ ਨੇ, ਜੇ ਮਾੜਾ ਜਿਹਾ ਘਰ ਨਾ ਆਪਣਾ ਸਹੀ ਹੋਵੇ, ਹੈ ਨਾ। ਅਤੇ ਹਾਂ ਮੈਂ ਹੱਥ ਵਾਲਾ ਜ਼ਰੂਰ ਕਰਾਇਆ ਸੀ, ਉਹ ਸਾਡੇ ਨੋਰਮਲੀ ਤਰੀਕੇ ਨਾਲ, ਉਹ ਕੋਈ ਵਹਿਮ ਭਰਮਾਂ 'ਚ ਪਾਉਣੇ ਵਾਲੇ ਜਾਂ ਟੂਣੇ ਮਾਣੇ 'ਚ ਕਰਨੇ ਵਾਲਾ ਨਹੀਂ ਹੈਗਾ। ਬਾਬਾ ਮਤਲਬ ਪੰਡਿਤ ਉਹ ਮਤਲਬ ਕਿ ਹੱਥ ਵਾਲੇ ਕਰ ਦਿੰਦਾ, ਹਥੌਲਾ ਕਰਦਾ ਹੈ, ਜਿਵੇਂ ਟਾਈਫਾਇਡ ਹੋ ਗਿਆ, ਥਾਇਰਡ ਹੋ ਗਿਆ, ਇਹੋ ਜਿਹੀਆਂ ਚੀਜ਼ਾਂ ਦੇ, ਹੈ ਨਾ, ਮਾਤਾ ਨਿਕਲੀ ਹੋਵੇ ਚਿਕਨ ਬੋਕਸ, ਹੈ ਨਾ, ਆਪਣਾ ਉਹ ਨਾ ਉੱਥੇ ਕਰਾ ਕੇ ਆਈ ਸੀਗੀ। ਪਹਿਲਾਂ ਮੇਰੀ ਅੱਜ ਜਾਣ ਦੀ ਉੱਥੇ ਸਲਾਹ ਸੀਗੀ ਵੀ ਮੈਂ ਉਹਨਾਂ ਨੂੰ ਦੱਸ ਕੇ ਆਵਾਂ ਵੀ, ਹੈ ਨਾ, ਵੀ ਇੱਦਾਂ ਦੀ ਪ੍ਰੋਬਲਮ ਆ ਰਹੀ ਆ, ਹੈ ਨਾ, ਵੀ ਜਿੱਦਣ ਦੇ ਮੈਂ ਬੱਚੇ ਸਕੂਲ ਲਾਏ ਆ ਮੇਰੇ ਬੱਚਿਆਂ ਦੇ ਇੱਕ ਦਿਨ ਜਾ ਰਹੇ ਨੇ, ਇੱਕ ਦਿਨ ਛੁੱਟੀ ਹੋ ਰਹੀ ਆ। ਨਹੀਂ ਮੇਰੇ ਬੱਚਿਆਂ ਦੀ ਕਦੇ ਵੀ ਛੁੱਟੀ ਨਹੀਂ ਸੀ ਕਰਾਉਂਦੀ, ਮੈਂ ਪੂਰੀਆਂ ਅਟੈਂਡੈਂਸ ਲਵਾਉਂਦੀ ਸੀਗੀ। ਮੇਰੇ ਬੱਚੇ ਕਦੇ ਹੀ ਹੁੰਦਾ ਸੀਗਾ, ਜੇ ਕੋਈ ਐਮਰਜੈਂਸੀ ਹੋਵੇ, ਜੇ ਬਿਮਾਰ ਵੀ ਹੁੰਦੇ ਸੀ ਨਾ, ਅਸੀਂ ਮੈਡੀਸਨ ਦੇ ਕੇ ਸਕੂਲ ਭੇਜਦੇ ਸੀ ਇਹਨਾਂ ਨੂੰ ਦਿਲ। ਪਰ ਹੁਣ ਪਤਾ ਹੀ ਨਹੀਂ ਕੀ ਹੋਇਆ ਹੋਇਆ, ਮੇਰਾ ਵੀ ਮਨ ਥੋੜ੍ਹਾ ਜਿਹਾ ਇੰਨਾ ਵਿਚਲ ਜਾਂਦਾ ਸਕੂਲ ਭੇਜਣ ਨੂੰ, ਅਤੇ ਪਤਾ ਨਹੀਂ ਕਿਹਦੀ ਨਜ਼ਰ ਲੱਗੀ ਆ, ਕੀ ਗੱਲਬਾਤ ਆ, ਰੱਬ ਜਾਣਦਾ ਏ। ਮੇਰਾ ਤਾਂ ਮੈਂ ਅੱਜ ਸਾਰਾ ਕੁਛ ਤਿਆਰ ਵੀ ਕਰ ਲਿਆ ਸੀ, ਫਿਰ ਵੀ ਮੇਰੇ ਤਾਂ ਬੱਚਿਆਂ ਨਾਲ, ਮੈਂ ਆਪ ਵੀ ਇੰਨੀ ਬਿਮਾਰ ਨਹੀਂ ਸੀਗੀ। ਫਿਰ ਉਸ ਤੋਂ ਬਾਅਦ ਅਸੀਂ ਤਿੰਨੇ ਨਹੀਂ ਉੱਠੇ ਸੀ, ਮੈਂ ਮਤਲਬ ਕਿ ਦੁਬਾਰੇ ਸ਼ਾਇਦ ਪਾਪਾ ਚਲੇ ਗਏ, ਪੈ ਕੇ ਸਾਰੀ ਦਿਹਾੜੀ ਅੱਜ ਸਾਡੀ ਬੇਕਾਰ ਨਿਕਲੀ ਆ। ਅਤੇ ਬਾਕੀ ਜੀ ਹੁਣ ਸ਼ਾਇਦ ਪਾਪੇ ਤੈਨੂੰ ਗਏ ਹੋਏ ਨੇ, ਬਸ ਆਉਂਦੇ ਨੇ, ਅਤੇ ਫਿਰ ਤੁਹਾਨੂੰ ਹੁਣ ਮੈਂ ਘਰ ਜਾ ਕੇ ਮਿਲੂੰਗੀ, ਤੁਹਾਨੂੰ ਦਿਖਾਉਣੀ ਆ ਵੀ ਮੈਂ ਕੀ ਲੈ ਕੇ ਆਈ ਹਾਂ। ਸਟਿਚ ਹੋਏ ਤੋਂ ਬਾਅਦ ਦਿਖਾਇਓ, ਚਲ ਕੋਈ ਨਾ ਦਿਖਾ ਦੂੰਗੀ। ਬਸ ਜੀ ਹੁਣ ਜਾਂਦੇ ਹੋਏ ਅਸੀਂ ਦੁੱਧ ਵੀ ਲੈਣਾ ਹਜੇ, ਕਿਉਂਕਿ ਸਾਇਦ ਪਾਪਾ ਗਏ ਸੀ ਅੱਜ ਜਲੰਧਰ, ਜਲੰਧਰ ਉਹ ਨਾ ਉੱਪਰ ਗੱਡੀ ਦੇ ਉੱਪਰ ਜੰਗਲਾ ਲੱਗਦਾ ਨਾ, ਫਿਰ ਉਹ ਜੰਗਲਾ ਲਵਾਉਣ ਵਾਸਤੇ ਗਏ ਹੋਏ ਸੀਗੇ। ਬਸ ਹੁਣ ਬਾਕੀ ਤੁਸੀਂ ਦੇਖੋ ਸਾਡੀ ਫੈਮਿਲੀ ਹੋ, ਹੈ ਨਾ, ਕਿਉਂਕਿ ਕਈ ਵਾਰ ਕਿਸੇ ਦੀ ਵੀ ਅਰਦਾਸ ਲੱਗ ਜਾਂਦੀ ਹੁੰਦੀ ਆ, ਹੈ ਨਾ, ਸਾਡੀ ਫੈਮਿਲੀ ਦੀ ਅਰਦਾਸ ਜ਼ਰੂਰ ਕਰਿਓ ਸਾਰੇ ਜਾਣੇ, ਵੀ ਜੋ ਵੀ ਆ ਸੰਕਟ ਜਿਹਾ ਚੱਲ ਰਿਹਾ ਨਾ, ਇਹ ਸਾਰਾ ਠੀਕ ਹੋ ਜਾਵੇ, ਹੈ ਨਾ, ਵੀ ਮਤਲਬ ਕਿ ਪਹਿਲਾਂ ਵਾਂਗੂ ਰੂਟੀਨ ਹੋ ਜਾਵੇ ਮੇਰੀ, ਹੈ ਨਾ, ਮੈਂ ਆਪਣਾ ਘਰ ਸਾਫ ਸੁਥਰਾ ਰੱਖਾਂ, ਹੈ ਨਾ, ਆਪਣੇ ਬੱਚਿਆਂ ਨੂੰ ਟਾਈਮ ਨਾਲ ਪ੍ਰੋਪਰ ਟਾਈਮ ਨਾਲ ਸਕੂਲ ਭੇਜਾਂ, ਸਾਰਾ ਕੁਛ ਵਧੀਆ ਹੋਣ ਲੱਗ ਜਾਵੇ, ਹੈ ਨਾ, ਵੀ ਜਿਹੜਾ ਪਤਾ ਨਹੀਂ ਕਿ ਮੇਰੇ ਸਰੀਰ ਆ, ਮਤਲਬ ਕਿ ਸਾਡੇ ਘਰ 'ਚ ਇੱਕ ਦਲਿੱਦਰ ਨਹੀਂ ਹੁੰਦਾ ਹੈਗਾ, ਵੀ ਦਲਿੱਦਰ ਜਿਹੜਾ ਗਿਰਿਆ ਹੋਇਆ ਨਾ ਉਹ ਖਤਮ ਹੋ ਜਾਵੇ। ਪਰ ਤੁਸੀਂ ਉਹ ਕਰਿਓ, ਪ੍ਰੇ ਕਰਿਓ ਵੀ ਹਾਂ ਸਾਰਾ ਕੁਛ ਠੀਕ ਹੋ ਜਾਵੇ, ਕਿਉਂਕਿ ਕਿਸੇ ਨਾ ਕਿਸੇ ਦੀ ਤਾਂ ਪਰਮਾਤਮਾ, ਹੈ ਨਾ, ਸੁਣੂਗਾ ਹੀ, ਹੈ ਨਾ, ਤੁਹਾਡੀ ਵੀ ਸੁਣੂਗਾ, ਕੋਈ ਤਾਂ ਕਿਸੇ ਦੀ ਤਾਂ ਪਰਮਾਤਮਾ ਇੱਕ ਅੱਧੇ ਦੀ ਵਿੱਚੋਂ ਸੁਣੂਗਾ ਹੀ ਸੁਣੂਗਾ। ਸਾਰੇ ਜਣੇ ਜ਼ਰੂਰ ਕਰਿਓ ਵੀ ਸਾਡਾ ਪਹਿਲਾਂ ਦੀ ਤਰ੍ਹਾਂ ਰੂਟੀਨ ਹੋ ਜਾਵੇ, ਪਹਿਲਾਂ ਦੀ ਤਰ੍ਹਾਂ ਹੀ ਫਿਰ ਮੈਂ ਵਲੌਗ ਬਣਾਵਾਂ, ਪਹਿਲਾਂ ਦੀ ਤਰ੍ਹਾਂ ਹੀ ਸਾਰਾ ਕੁਛ ਹੋ ਜਾਵੇ, ਮੈਂ ਆਪਣੇ ਬੱਚਿਆਂ ਨੂੰ ਵੀ ਪਹਿਲਾਂ ਦੀ ਤਰ੍ਹਾਂ ਰੈਗੂਲਰ ਸਕੂਲ ਭੇਜਾਂ। ਮੇਰੇ ਬੱਚਿਆਂ ਦਾ ਪਤਾ ਨਹੀਂ ਕੀ ਹੋਇਆ, ਮੈਥੋਂ ਭੇਜ ਨਹੀਂ ਹੋ ਰਹੇ ਸਕੂਲ, ਮੈਂ ਕੀ ਦੱਸਾਂ, ਕੋਈ ਨਾ ਕੋਈ ਦਿੱਕਤ ਆਉਂਦੀ ਆ। ਜੇ ਮੈਂ ਆਪ ਤੰਦਰੁਸਤ ਹੁੰਦੀ ਹਾਂ ਨਾ, ਵੀ ਮੈਂ ਅੱਜ ਸਕੂਲ ਇਹ ਭੇਜਣੇ ਆ, ਵੀ ਮੈਂ ਤੰਦਰੁਸਤ ਉੱਠੂੰਗੀ, ਤਾਂ
ਬੱਚੇ ਬਿਮਾਰ ਸੀਗੇ ਅੱਜ ਦੋਨੋਂ, ਫੀਵਰ ਇਹਨਾਂ ਨੂੰ ਦੋਨਾਂ ਨੂੰ ਹੋਇਆ ਹੋਇਆ। ਅੱਗੇ ਸਾਇਦ ਪਾਪਾ ਵੀ ਝਿੜਕ ਦਿੰਦੇ ਆ ਵੀ ਨਹੀਂ ਭੇਜ, ਪਰ ਅੱਜ ਇਹਨਾਂ ਨੇ ਵੀ ਨਹੀਂ ਕੁਛ ਕਿਹਾ ਹੈਗਾ। ਤੇ ਬਾਕੀ ਚਲੋ ਜੀ ਹੁਣ ਅਸੀਂ ਘਰ ਨੂੰ ਜਾਂਦੇ ਹਾਂ, ਫਿਰ ਤੁਹਾਨੂੰ ਆ ਕੇ ਮਿਲਦੇ, ਘਰ ਜਾ ਕੇ ਮਿਲਦੇ ਹਾਂ। ਹਾਂਜੀ ਫਰੈਂਡਸ, ਅਸੀਂ ਆ ਗਏ ਜੀ। ਦੁੱਧ ਆਪਾਂ ਗਰਮ ਕਰ ਲਿਆ, ਇੱਧਰ ਆਪਾਂ ਬਣਾਈ ਸੀਗੀ ਅੱਜ ਕੜੀ, ਕੜੀ ਮੈਂ ਬਣਾਈ ਸੀ ਦੁਪਹਿਰ, ਉਹਨੂੰ ਵੀ ਆਪਾਂ ਪਾਣੀ ਦੇ ਕੇ ਰੱਖ ਦਿੰਦੇ ਚੰਗੀ ਤਰ੍ਹਾਂ। ਇੰਨੀ ਟੇਸਟੀ ਬਣੀ ਸੀ, ਨਾਲੇ ਮੈਂ ਬਿਲਕੁਲ ਸਿੰਪਲ ਤਰੀਕੇ ਦੀ ਬਣਾਈ ਸੀਗੀ, ਮਤਲਬ ਕਿ ਮੈਂ ਨਾ ਪਿਆਜ਼ਾਂ ਨਾਲ ਹੀ ਜ਼ਿਆਦਾ ਪਿਆਜ਼ ਪਾ ਕੇ ਇੱਕ ਇੱਕ ਪਾਇਆ ਸੀਗਾ ਆਲੂ, ਅਤੇ ਜ਼ਿਆਦਾ ਪਿਆਜ਼ ਪਾਏ ਸੀਗੇ। ਚੰਗੀ ਤਰ੍ਹਾਂ ਵਾਲੀ ਦੇ ਲਾਂਗੇ, ਕੱਪੜੇ ਅਸੀਂ ਮਸ਼ੀਨ 'ਚ ਪਾਏ ਹੋਏ ਹਾਂ, ਮੇਰੀ ਲੱਤ 'ਚ ਇੰਨਾ ਜ਼ਿਆਦਾ ਦਰਦ ਹੋ ਰਿਹਾ ਹੈ ਨਾ। ਹੁਣੇ ਘਰ ਪਹੁੰਚੇ ਹਾਂ ਅਸੀਂ, ਕੱਪੜੇ ਧੋਣੇ ਨਹੀਂ ਸੀਗੇ, ਮੇਰੇ ਯਾਦ ਨਹੀਂ ਸੀ ਬੱਚਿਆਂ ਦੀਆਂ ਡਰੈੱਸਾਂ ਸੀਗੀਆਂ ਸਕੂਲ ਵਾਲੀਆਂ। ਸਾਰੇ 2 ਮਿੰਟ ਤਾਂ ਖੜ ਜਾਂਗੇ, ਪੁੱਤ ਮਾੜਾ ਜਿਹਾ ਖੜ ਜਾ, ਮਾੜੇ ਹੱਥਾਂ ਨੂੰ ਖੜ ਜਾ। ਮੈਂ ਉਹਨਾਂ ਨੂੰ ਕਿਵੇਂ ਗਾਹ ਪਾਤਾ। ਅਤੇ ਇੱਕ ਲੈ ਕੇ ਆਈ ਹਾਂ ਮੈਂ ਟੀ ਸ਼ਰਟ, ਇਹ ਵਾਲੀ ਟੀ ਸ਼ਰਟ ਲੈ ਕੇ ਆਈ ਹਾਂ, ਇਹ ਵਾਲਾ ਇਹਦੇ ਨਾਲ ਪਜਾਮਾ ਲੈ ਕੇ ਆਈ ਹਾਂ। ਮੇਰੇ ਨਾ ਕਾਸਕੇ ਸੀਗੇ, ਪਾਟ ਵੀ ਹੋਏ ਸੀਗੇ, ਅਤੇ ਦੂਜਾ ਕੰਮ ਪਾਟੇ ਵੀ ਨਹੀਂ, ਸਹਿਜ ਕੱਟ ਕੱਟ ਕੇ ਆਪਣੇ ਪਾ ਲੈਂਦੀ ਸੀ। ਇੱਕ ਲੈ ਕੇ ਆਈ ਹਾਂ ਇਹ ਵਾਲਾ ਇਹਦੇ ਨਾਲ ਮੈਨੂੰ ਟੀ ਸ਼ਰਟ ਨਹੀਂ ਮਿਲੀ, ਟੀ ਸ਼ਰਟ ਸਿਰਫ ਆਹੀ ਮਿਲੀ ਆ ਇੱਕੋ। ਅਤੇ ਬਾਕੀ ਹੈ ਕੜੀ, ਇਹਨੂੰ ਰਿੱਝ ਲਾਉਂਦੇ ਥੋੜ੍ਹੀ ਜਿਹੀ। ਅਤੇ ਇਹ ਲੈ ਕੇ ਆਇਆ ਜੀ ਸੂਟ, ਇੱਕ ਇਹ ਵਾਲਾ ਲੈ ਕੇ ਆਈ ਹਾਂ ਮੈਂ, ਇਹ ਵਾਲਾ ਕਲਰ ਆ। ਅਤੇ ਇੱਕ ਲੈ ਕੇ ਆਈ ਹਾਂ ਲਵੈਂਡਰ ਕਲਰ, ਮੈਨੂੰ ਪਸੰਦ ਨਹੀਂ ਲਵੈਂਡਰ ਕਲਰ, ਸ਼ਾਇਦ ਪਾਪਾ ਨੂੰ ਵਧੀਆ ਲੱਗਦਾ, ਇਹ ਤਾਂ ਇੱਕ ਡਾਰਕ ਜਿਹਾ ਕਲਰ ਸੀਗਾ, ਸ਼ਾਇਦ ਪਾਪਾ ਉਹ ਕਹਿਣ ਲੱਗਦੇ। ਫਿਰ ਮੈਂ ਡਾਰਕ ਨਹੀਂ ਇੰਨਾ ਲੈ ਸਕਦੀ, ਕਿਉਂਕਿ ਗਰਮੀਆਂ 'ਚ ਜ਼ਿਆਦਾ ਡਾਰਕ ਲਵੈਂਡਰ ਕਲਰ ਸ਼ਾਇਦ ਪਾਪਾ ਨੂੰ ਵਧੀਆ ਲੱਗਦਾ ਹੈ। ਮੈਨੂੰ ਵਿਆਹ ਨੂੰ ਵੀ ਲਵੈਂਡਰ ਕਲਰ ਦਵਾਉਂਦੇ ਸੀ, ਮੈਂ ਲਿਆ ਨਹੀਂ ਸੀਗਾ, ਮੈਂ ਕਦੇ ਪਾਇਆ ਨਹੀਂ ਹੈਗਾ, ਮੈਨੂੰ ਨਾ ਪਤਾ ਨਹੀਂ ਕਿਹੋ ਜਿਹਾ ਲੱਗੂ ਮੇਰਾ ਪਾਇਆ ਹੋਇਆ, ਮੈਨੂੰ ਆਹੀ ਸੋਚੀ ਜਾਂਦੀ ਹਾਂ। ਇਹ 2 ਸੂਟ ਮੈਂ ਥੋੜ੍ਹੇ ਜਿਹੇ ਵੀ ਆਉਣ ਜਾਣ ਵਾਸਤੇ ਲਏ ਆ, ਅਤੇ 2 ਸੂਟ ਮਤਲਬ ਕਿ 2 ਸੂਟ ਵੈਸੇ ਸੂਟ ਬਣ ਵੀ ਸਕਦਾ ਮੇਰਾ, ਜੇ ਹਲਕੀ ਸਲਵਾਰ ਬਣਾਈਏ, ਜ਼ਿਆਦਾ ਨਾ ਭਾਰੀ ਬਣਾਉਣੀ ਹੋਵੇ। ਇੱਕ ਸੂਟ ਮੇਰਾ ਇਹ ਵਾਲਾ ਠੀਕ ਆ ਜੀ, ਇੱਕ ਸੂਟ ਮੇਰਾ ਇਹ ਆ ਹੈ ਨਾ। ਬਸ ਸਹਿਜ ਕਹਿੰਦੀ ਮੰਮਾ ਮੈਂ ਬਣਾਉਣਾ ਇਹ, ਅਤੇ ਇਹਦੇ 'ਚ ਅਸੀਂ ਮੈਂ ਤਾਂ ਸਹਿਜ ਸ਼ਰਟਾਂ ਬਣਾਵਾਂਗੀਆਂ, ਅਤੇ ਵਾਈਟ ਸਲਵਾਰ ਸਟਿੱਚ ਕਰ ਲਊਂਗੀ ਮੈਂ ਇਹਦੇ ਨਾਲ ਨੂੰ। ਇਹ ਆਪਾਂ ਘਰ ਵਾਸਤੇ, ਹਾਂ ਫਿਰ ਮੈਂ ਉਹੀ ਕਹਿ ਰਹੀ ਹਾਂ ਵੀ ਸਹਿਜ ਉਹੀ ਕਹਿ ਰਹੀ ਹਾਂ ਵੀ ਸਹਿਜ ਨੂੰ, ਅਤੇ ਆਹ ਮੈਂ ਸੂਟ ਲੈਣਾ ਚਾਰ ਮੈਰੀ ਸਲਾਹ ਮੈਂ ਪੂਰੇ ਹੀ ਸੂਟ ਉਹ ਸਮਾ ਲਵਾਂ ਗ੍ਰੀਨ ਜਿਹੜਾ ਹੈਗਾ ਕਰਤਾ ਕੰਮ ਹੋਈ। ਮੈਨੂੰ ਪਤਾ ਸੀ ਸਹਿਜ ਤੈਨੂੰ ਤਾਂ ਨਾ ਮਗਰ ਆਉਣ ਦੀ ਆਦਤ ਹੁੰਦੀ ਆ, ਸਾਰਾ ਦੁੱਧ ਵਾਲ ਕੇ ਰੱਖਦਾ। ਸਭ ਤੋਂ ਗੁੰਦਾ ਕੰਮ
ਲੱਗਦਾ ਮੈਨੂੰ ਇਹ ਦੁੱਧ ਚਾਹ ਉਬਲਣਾ ਸਭ ਤੋਂ ਗੰਦੇ ਇੱਕ ਪ੍ਰੈਸ ਕਰਨੀ ਕਿਸੇ ਵਿੱਚ ਮੈਂ ਤਾਂ ਜੀ ਕਰਦਾ ਵੀ ਲੱਤ ਨਾ ਮੈਂ ਆਪਣੀ ਕੱਟ ਕੇ ਸੁੱਟ ਦਵਾਂ ਗੋਡੇ ਤੋਂ ਠੇਠ ਠੇਠ ਪਤਾ ਨਹੀਂ ਤਾਂ ਰਾਈਸ ਖਾਧੇ ਨੇ ਰਾਤ ਮੈਂ ਰਾਈ ਰਾਤ ਵੀ ਖਾਧੇ ਨੇ ਥੋੜ੍ਹੇ ਜਿਹੇ ਬਚੇ ਪਏ ਸੀ ਉਹ ਮੈਂ ਗਰਮ ਕਰਕੇ ਨਾ ਅੱਜ ਖਾ ਲਏ ਮੈਂ ਕਿਹਾ ਦੇਖਾਂ ਤਾਂ ਵੀ ਇਹੋ ਜਿਹਾ ਕੀ ਹੁੰਦਾ ਜਿਹੜਾ ਇੰਨੇ ਕੜੀ ਚੌਲ ਪਸੰਦ ਆ ਲੋਕਾਂ ਨੂੰ ਮੈਂ ਕਿਹਾ ਮੈਂ ਵੀ ਖਾ ਕੇ ਦੇਖ ਲਵਾਂ ਮੈਨੂੰ ਘੱਟ ਪਸੰਦ ਨੇ ਸੂਟ ਤੁਹਾਨੂੰ ਜੀ ਹੁਣ ਮੈਂ ਇੰਨੇ ਕੇ ਦਿਖਾ ਲਿਆ ਬਾਕੀ ਤੁਹਾਨੂੰ ਪਾ ਕੇ ਦਿਖਾਵਾਂਗੇ ਹੈ ਨਾ ਕਿਵੇਂ ਬਣ ਜਾਣਗੇ ਬਣੇ ਤੋਂ ਕਿਵੇਂ ਲੱਗਦੇ ਨੇ ਇੱਕ ਤਾਂ ਜਾਂਦੇ ਅਸੀਂ ਰਾਤ ਨੂੰ ਕਿਹੜਾ ਟਾਈਮ ਗਏ ਹਾਂ ਸਾਨੂੰ ਦੁਕਾਨ ਪਹਿਲਾਂ ਮੈਂ ਤਾਂ ਨਹੀਂ ਖਮਾਣੋ ਤੋਂ ਲੈ ਕੇ ਆਉਣੇ ਸੀਗੇ ਕਿਉਂਕਿ ਮੈਂ ਨਾ ਮਤਲਬ ਕਿ ਘਰ ਵਾਲੇ ਕੱਪੜੇ ਨਾ ਮੈਨੂੰ ਉਹਨਾਂ ਦਾ ਰੇਟ ਵੀ ਸਹੀ ਹੁੰਦਾ ਘਨੱਈਏ ਦੇ ਘਨੱਈਏ ਦਾ ਲਿਆਉਣੀ ਹੁੰਦੀ ਹਾਂ ਮੈਂ ਘਰ ਪਾਉਣੇ ਵਾਲੇ ਸੀਗੇ ਜਿਹੜੇ ਮੈਂ ਘਰ ਨੂੰ ਪਾਉਣੀ ਆ ਮੇਰੇ ਕੋਲ ਹੁਣ ਟੀ ਸ਼ਰਟਾਂ ਨਹੀਂ ਸੀਗੀਆਂ ਮੇਰੀ ਟੀ ਸ਼ਰਟਾਂ ਮੈਂ ਸਾਰੀਆਂ ਘੱਸ ਗਈਆਂ ਸੀਗੀਆਂ ਮੇਰੀਆਂ ਟੀ ਸ਼ਰਟਾਂ ਸਾਰੀਆਂ ਘੱਸ ਗਈਆਂ ਸੀਗੀਆਂ ਅਤੇ ਮੇਰੇ ਕੋਲ ਟੀ ਸ਼ਰਟਾਂ ਵੀ ਨਹੀਂ ਸੀਗੀਆਂ ਅਤੇ ਇਹ ਵੀ ਮੇਰੀ ਥੋੜ੍ਹੀ ਜਿਹੀ ਲੂਜ਼ ਆ ਗਈ ਹੈ ਨਾ ਚੱਲ ਗਰਮੀਆਂ 'ਚ ਤਾਂ ਲੂਜ਼ ਠੀਕ ਨੇ ਦਿਖਾਉਣਾ ਤੁਹਾਨੂੰ ਸ਼ੀਸ਼ੇ 'ਚ ਆਹ ਦੇਖੋ ਲੂਜ਼ ਆ ਜ਼ਿਆਦਾ ਫਿਰ ਮੈਂ ਬਾਅਦ 'ਚ ਸੋਚਦੀ ਵੀ ਹਾਏ ਮੈਂ ਹਜੇ ਪਤਲੀ ਹਾਂ ਮੇਰੇ ਤਾਂ ਇੰਨਾ ਆਉਣਾ ਸੀ ਮੈਨੂੰ ਮੈਂ ਜਿਹੜੀ ਇੱਥੇ ਛੋਟਾ ਸਾਈਜ਼ ਸੀ ਨਾ ਮੈਂ ਕਿਹਾ ਵੀ ਨਹੀਂ ਮੈਂ ਕਿਹਾ ਉਹ ਤਾਂ ਮੇਰੇ ਵੀ ਉਹ ਹੋਊਗਾ ਟਾਈਟ ਹੋਊਗਾ ਪਰ ਵਧੀਆ ਏ ਲੂਜ਼ ਸਹੀ ਰਹਿੰਦੀਆਂ ਨੇ ਅਤੇ ਇਹ ਵਾਲਾ ਇਹਦੇ ਨਾਲ ਪਜਾਮਾ ਲਿਆ ਮੈਂ ਪਲੇਨ 'ਚ ਲੈਣਾ ਸੀ ਪਲੇਨ 'ਚ ਮਿਲਿਆ ਨਹੀਂ ਬਲੈਕ ਬਿਕਾਸੂਲ ਦਾ ਕੈਪਸੂਲ ਦੇ ਦਿੰਦੀ ਹਾਂ ਲੱਭ ਕੇ ਜੇ ਹੋਇਆ ਪੱਕਾ ਨਹੀਂ ਪਤਾ ਹੈਗਾ ਮੈਨੂੰ ਗਾਹ ਦੇਖੋ ਬੱਚਿਆਂ ਨੇ ਐਨ ਪੂਰਾ ਪਾਇਆ ਹੋਇਆ ਬਾਕੀਆਂ ਨੇ ਗਾਹ ਪੂਰਾ ਪਾਇਆ ਹੋਇਆ ਹੈ ਆਹ ਕਮਰੇ 'ਚ ਵੀ ਖੰਡਾਰਾ ਐਨ ਪੂਰਾ ਪਾਇਆ ਪਿਆ ਹੈ ਪਤਾ ਨਹੀਂ ਕਾਹ 'ਤੇ ਇੰਨਾ ਇਹ ਖੰਡਾਰਾ ਪਾਉਂਦੇ ਨੇ ਕੀ ਇਹਨਾਂ ਨੂੰ ਮਿਲਦਾ ਹੈ ਲਓ ਜੀ ਬਸ ਉਹ ਪਏ ਹੁਣ ਕੱਪੜੇ ਉਹ ਹੁਣ ਮੇਰੇ ਇੱਧਰ ਪਏ ਰਹਿਣਗੇ ਇਹਨਾਂ ਨੂੰ ਮੈਂ ਸਵੇਰੇ ਦੇਖੂੰਗੀ ਜਾਂ ਦੇ ਆਊਂਗੀ ਸੀ ਉਹਨੂੰ ਦੇਖੂੰਗੀ ਜਾਂ ਤੀਕ ਅੱਧਾ ਆਪ ਟਰਾਈ ਕਰ ਲੂੰਗੀ ਆਪ ਸਟਿਚਿੰਗ ਕਰ ਲੂੰਗੀ ਦੁੱਧ ਆਪਣਾ ਉਬਾਲੀ ਆ ਗਈ ਅਤੇ ਕੜੀ ਨੂੰ ਵੀ ਚੰਗੀ ਤਰ੍ਹਾਂ ਆਪਾਂ ਵਾਲੀ ਦੇ ਕੇ ਰੱਖਤਾ ਕਿਉਂਕਿ ਸਵੇਰੇ ਬੱਚਿਆਂ ਨੂੰ ਕੜੀਆਂ ਦੇ ਦੇਣੀਆਂ ਸਕੂਲ ਨੂੰ
ਜੇ ਹੋ ਸਕੇ ਦੇਖੂੰਗੀ ਰਾਈਸ ਬਣਾ ਦੇਵਾਂਗੀ, ਪਰ ਰਾਈਸ ਅਭੀ ਚੋਤ ਨਹੀਂ ਖਾਂਦਾ ਹੁੰਦਾ ਕਿਉਂਕਿ ਸਾਜ ਨੂੰ ਤਾਂ ਪਸੰਦ ਆ ਰਾਈਸ, ਅਭੀ ਚੋਤ ਨੂੰ ਨਹੀਂ ਪਸੰਦ ਆਉਂਦਾ ਬਿਲਕੁਲ ਵੀ, ਅਭੀ ਚੋਤ ਨੂੰ ਬਹੁਤ ਘੱਟ ਪਸੰਦ ਆ। ਹੁਣ ਮੈਂ ਦੁੱਧ ਨੂੰ ਇੱਧਰਲੀ ਸਾਈਡ ਕਰਕੇ ਅਤੇ ਗਰਮ ਦੁੱਧ ਨੂੰ ਆਪਾਂ ਆਪਣੀ ਸਟੈਂਡ ਪਰ ਰੱਖ ਦਾਂਗੇ। ਅਤੇ ਚਲੋ ਜੀ, ਬਾਕੀ ਇੱਕ ਭੈਣ ਨੇ ਮੇਰੀ ਨੇ ਕਮੈਂਟ ਕੀਤਾ ਸੀਗਾ ਤੁਸੀਂ ਆਪਣੀ ਨਿਊ ਫਰਿੱਜ ਨਹੀਂ ਦਿਖਾਈ, ਭੈਣੇ ਲਓ ਦੇਖ ਲਓ, ਬਾਕੀ ਤੁਹਾਨੂੰ ਮੈਂ ਵਿੱਚੋਂ ਵੀ ਦਿਖਾਉਂਗੀ। ਹਜੇ ਹੁਣ ਰਾਤ ਦਾ ਟਾਈਮ ਆ, ਕੁਛ ਸੈਟਿੰਗ ਵੈਟਿੰਗ ਵੀ ਇੰਨੀ ਹੈ ਨਹੀਂ ਕਿ ਮਤਲਬ ਕਿ ਹੁਣ ਤੁਹਾਨੂੰ ਪਤਾ, ਮੈਂ ਪਤਾ ਕੀ ਹੈ ਭੈਣੇ ਮੈਂ ਤਾਂ ਨਹੀਂ ਦੱਸਿਆ ਹੈਗਾ, ਮੈਂ ਦੱਸਿਆ ਦੱਸਣ ਦਾ ਕਾਰਨ ਕਹਿੰਦੇ ਉਹਨਾਂ ਨੇ ਕਿਹਾ ਸੀ ਵੀ ਤੁਸੀਂ ਨਿਊ ਫਰਿੱਜ ਬਾਰੇ ਨਹੀਂ ਦੱਸਿਆ ਹੈਗਾ, ਨਿਊ ਫਰਿੱਜ ਬਾਰੇ ਫਰਿੱਜ ਬਾਰੇ ਭੈਣੇ ਮੈਂ ਤੁਹਾਨੂੰ ਤਾਂ ਨਹੀਂ ਸੀ ਦੱਸ ਤਾਂ ਦੱਸਿਆ ਨਹੀਂ ਸੀ, ਕੋਈ ਇਹੋ ਜਿਹਾ ਹੋਣੀ ਸੀ ਵੀ ਮੈਂ ਦੱਸਣਾ ਨਹੀਂ ਸੀ ਤੁਹਾਨੂੰ, ਹੈ ਨਾ। ਜਿੱਦਣ ਅਸੀਂ ਫਰਿੱਜ ਲਿਆਉਂਦੀਆਂ ਨਾ, ਫਰਿੱਜ ਰਾਤ ਨੂੰ ਆਈ ਹੈ ਸਾਡੇ ਘਰ 10 ਵਜੇ, ਹੈ ਨਾ, 10 ਵਜੇ ਫਰਿੱਜ ਘਰ ਆਈ ਆ, ਔਰ ਦੂਜੇ ਦਿਨ ਮੈਂ ਬਿਮਾਰ ਬਹੁਤ ਹੋ ਗਈ ਸੀਗੀ, ਮੈਂ ਇੰਨੀ ਜ਼ਿਆਦਾ ਬਿਮਾਰ ਹੋਈ ਹਾਂ ਨਾ, ਮਤਲਬ ਕਿ ਮੈਂ ਬਹੁਤ ਜ਼ਿਆਦਾ, ਮੈਂ ਵਲੋਗ ਨਹੀਂ ਬਣਾਏ ਜੇ ਤੁਹਾਨੂੰ ਅਸਲੀ ਆਪਣਾ ਦਿਖਾਉਂਦੀ ਨਾ ਵੀ ਮੈਂ ਕਿਵੇਂ ਸੀਗੀ। ਬਾਕੀ ਜੀ ਹੁਣ ਆਪਣਾ ਕਰ ਦਿੰਦੀ ਆ, ਮੈਂ ਲੜਨਾ ਹੀ ਆ, ਲੜਨਾ ਹੀ ਆ, ਤੂੰ ਦੁੱਧ ਵਾਲਿਆ ਨਾ, ਮੈਨੂੰ ਗੁੱਸਾ ਚੜਿਆ ਹੋਇਆ ਵੀ ਦੁੱਧ ਵਾਲਤਾ। ਸਾਡੀ ਮਾਵਾਂ ਦੀਆਂ ਦੀ ਲੜਾਈ ਵੀ ਬਹੁਤ ਹੁੰਦੀ ਆ, ਤੁਸੀਂ ਦੇਖਿਓ ਸਾਡੀ, ਕਦੇ ਤੁਹਾਨੂੰ ਕਦੇ ਲਾਈਵ ਦਿਖਾਵਾਂਗੇ ਚੱਲਦਾ ਕੰਮ, ਅਭੀ ਜੋ ਫੈਸੀ ਲੜਦੀਆਂ ਹੋਊਗੀ ਸਾਡੀ ਬਣਾ ਲਈਏ। ਅੱਛਾ ਇਹ ਨਹੀਂ ਲੈਣੀ ਹੈਗੀ, ਹਜੇ ਨਵੀਂ ਨਹੀਂ ਖੋਲਣੀ ਹੈਗੀ, ਉਹ ਪਾਈ ਪੁਰਾਣੀ ਦਵਾਈ ਜਿਹੜੀ ਹੈਗੀ ਆ ਪਈ, ਉਹ ਸ਼ੀਸ਼ੀਆਂ ਰੱਖ ਦੇ ਲੈ, ਉਹਨਾਂ 'ਚ ਹੀ ਦੇ ਦੂੰਗੀ, ਗੋਲੀ ਨਹੀਂ ਹੈਗੀਆਂ, ਗੋਲੀਆਂ ਖਤਮ ਹੋਈਆਂ ਹੋਈਆਂ, ਉਹ ਕੱਢ ਲੈ ਆਪਣੀਆਂ। ਹਸਣ ਦੀ ਗੱਲ ਨਹੀਂ, ਮੇਰੇ ਤੋਂ ਹੋ ਜਾਂਦਾ ਠੀਕ ਆ, ਮੰਨ ਲਿਆ ਮੈਂ ਕਰ ਲੈਂਦੀ ਹਾਂ, ਹੁਣ ਮੈਂ ਤੈਨੂੰ ਖੜਾਇਆ ਕਾਹਦੇ ਵਾਸਤੇ ਸੀਗਾ ਵੀ ਸਹਿਜ ਤੇ ਖੜ ਜਾ, ਨਹੀਂ ਦੁੱਧ ਉੱਬਲ ਜੂਗਾ, 2 ਮਿੰਟ ਖੜ ਜਾ ਵੀ ਮੈਂ ਕੱਪੜੇ ਦਿਖਾ ਦਵਾਂ, ਤੇ ਖੜਿਆ ਨਹੀਂ ਜਾਂਦਾ, ਮਗਰ ਆ ਕੇ ਬੋਲਿਆ ਜਾਂਦਾ। ਤੇ ਮੈਂ ਹਲੇ ਰਜਾਏ ਨਹੀਂ, ਮੈਂ ਰੱਜੀ ਨਹੀਂ ਦਵਾਈਆਂ ਖਾ ਖਾ ਕੇ, ਇੰਨੀਆਂ ਤਾਂ ਮੈਨੂੰ ਦਵਾਈਆਂ ਖੜਾ ਤੀਆਂ। ਅਤੇ ਬਾਕੀ ਜੀ ਬਾਕੀ ਜੀ ਹੁਣ ਆਪਾਂ ਤੁਹਾਨੂੰ ਕੀ ਕਹਿਣਾ ਸੀ, ਮੈਂ ਭੁੱਲ ਗਈ, ਹਾਂ ਹੁਣ ਦਿਮਾਗ ਨਹੀਂ ਕੰਮ ਕਰਦਾ। ਬਾਕੀ ਜੀ ਆਪਾਂ ਅੱਜ ਵਲੋਗ ਇਹੀ ਬਣਾਇਆ ਕਿਉਂਕਿ ਅਸੀਂ ਸਵੇਰੇ ਨਹੀਂ ਸੀਗੇ ਠੀਕ, ਸਾਡਾ 3 ਬੇਕਾਰ ਨਿਕਲਿਆ, ਸਾਰਾ ਦਿਨ ਬਿਮਾਰਾਂ ਦੀ ਤਰ੍ਹਾਂ ਸਾਡਾ ਨਿਕਲਿਆ, ਕੰਮ ਵੀ ਬਹੁਤ ਲੇਟ ਕੀਤਾ, ਰੋਟੀ ਅਸੀਂ 1 ਵਜੇ ਖਾਧੀ ਅੱਜ, 1:30 ਵਜੇ ਰੋਟੀ ਬਣਾ ਕੇ ਖਾਧੀ ਆ, ਕਿਉਂਕਿ ਪਹਿਲਾਂ ਮੈਂ ਕੜੀ ਬਣਾ ਕੇ ਫਿਰ ਮਤਲਬ ਕਿ ਰੋਟੀ ਬਣਾ ਕੇ ਫਿਰ ਖਾਧੀ ਆ। ਬਸ ਅੱਜ ਸਾਡਾ ਦਿਨ ਐਸਾ ਵੈਸਾ ਹੀ ਨਿਕਲਿਆ ਹੈ। ਅਤੇ ਬਾਕੀ ਜੇ ਤੁਹਾਨੂੰ ਅੱਜ ਦਾ ਵਲੋਗ ਸਾਡਾ ਵਧੀਆ ਲੱਗਿਆ, ਚੈਨਲ ਨੂੰ ਕਰ ਲਿਓ ਸਬਸਕ੍ਰਾਈਬ, ਔਰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਜੀ, ਔਰ ਵੀਡੀਓ ਨੂੰ ਫੁੱਲਵਾਦ ਜ਼ਰੂਰ ਕਰਿਆ ਕਰੋ। ਅਤੇ ਮਿਲਾਂਗੇ ਆਪਾਂ ਨਿਊ ਵਲੋਗ ਨਾਲ, ਨਵੀਂ ਸ਼ੁਰੂਆਤ ਨਾਲ, ਕੱਲ੍ਹ ਨੂੰ ਨਵੇਂ ਵਲੋਗ ਨਾਲ ਮਿਲਾਂਗੇ। ਅਤੇ ਇਹ ਵਲੋਗ ਨੂੰ ਦੇਖ ਕੇ ਕੀ ਕਰਨਾ ਨਹੀਂ ਭੁੱਲਣਾ, ਕਮੈਂਟ ਕਰਨਾ ਨਹੀਂ ਭੁੱਲਣਾ, ਔਰ ਜਿਨ੍ਹਾਂ ਨੇ ਪਹਿਲੀ ਵਾਰ ਮੇਰੇ ਚੈਨਲ 'ਤੇ ਵਲੋਗ ਦੇਖਿਆ ਹੈ ਉਹ ਆਪਣਾ ਸਬਸਕ੍ਰਾਈਬ ਜ਼ਰੂਰ ਕਰ ਲਿਓ, ਜੇ ਨਹੀਂ ਕੀਤਾ ਤਾਂ ਕਰ ਲਿਓ ਜ਼ਰੂਰ, ਹੈ ਨਾ। ਅਤੇ ਬਾਕੀ ਜੀ ਆਪਾਂ ਹੁਣ ਕਰਦੇ ਹਾਂ ਇੱਥੇ ਇਹ ਵਲੋਗ ਦਾ ਐਂਡ, ਮਿਲਾਂਗੇ ਕੱਲ੍ਹ ਨੂੰ ਤੁਹਾਨੂੰ ਨਿਊ ਵਲੋਗ ਨਾਲ, ਨਵੀਂ ਸ਼ੁਰੂਆਤ ਨਾਲ। ਓਕੇ ਜੀ, ਬਾਏ ਬਾਏ, ਗੁੱਡ ਨਾਈਟ, ਟੇਕ ਕੇਅਰ, ਬਾਏ ਬਾਏ।